लाल सिंह चड्ढा लाल सिंह चड्ढा लाल सिंह चड्ढा किन्नी एक्साइटमेंट सी इस फिल्म नूं देखण दी, किन्नी ज्यादा एक्साइटमेंट सी कि मैं तां सब तो पहला फिल्म जाके देखांगा। पर शुक्र रब दा कि मैं टिकट ही बुक नहीं कराई। हैलो फ्रेंड्स, मैं सो सिंह बाय ते तुसीं देख रहे हो यूट्यूब चैनल बास टीवी। सबसक्राइब कर लो, नोटिफिकेशन बैल ऑन कर लो अगर इस चैनल ते नवे आए हो। YouTube की इस वीडियो नूं लाइक कमेंट शेयर करके जरूर दस्यो तुहानू ये वीडियो ये कॉन्सैप्ट किस तरह का लग रहा है, ताकि मैं हर रोज इस कॉन्सैप्ट इस तरह दी वीडियोज़ नूं होर भी वधिया वधिया करके तुहाडे नाल सांझियां कर सकां। ते दोस्तों अज आपां गल करनी है फिल्म लाल सिंह चड्ढा दे बारे, कि वह फिल्म जिहड़ी कि मैं अज ही शाम देखण जाणी सी, पर मैं अज शाम नूं नहीं देखण जा रहा क्योंकि मैं अपने दोस्त दे नाल फोन ते गल कीती सी। उस नूं लाल सिंह चड्ढा फिल्म किस तरह की लगी, उसने मेरी जो एक्साइटमेंट सी अपनियां गल्लां दे नाल किस तरह बिल्कुल खत्म कर दित्ती है। हुण मैं अज शाम बिल्कुल भी लाल सिंह चड्ढा फिल्म देखण नहीं जावांगा, इस दे बारे आपां ने गल करनी है। ऑडियंस का की रिव्यू रहा अज का दिन वह भी आपां गल करांगे। ते आओ शुरू करते हैं फिल्म लाल सिंह चड्ढा। लाल सिंह चड्ढा फिल्म के बारे बड़े दिनों तो सारिया के दिलों के बड़ी एक्साइटमेंट थी, पर जेकर तुम अजे तक टिकटा बुक नहीं कराइया तो ना कराओ, क्यों ये मैं तुम्हें जरूर दसागा। पर इस तो पहला अगर तुम इस वीडियो में लाइक कमेंट अजे नहीं किया तो प्लीज़ वीडियो में लाइक करिए, कमेंट करो, कमेंट के अपना ओपीनियन जरूर दो कि मूवी रिव्यूज़ का कॉन्सैप्ट इस चैनल के उपर मेरी आवाज़ के मेरे राही किस तरह का लग रहा है, और इस वीडियो सुधारण के लिए वधिया करने के लिए होर भी वधिया करने के लिए मैं की कर सकता है, अपनी अपनी ओपीनियन जरूर दो। ਤੁਹਾਡਾ ਫੇਵਰੇਟ ਐਕਟਰ ਲਾਲ ਸਿੰਘ ਚੱਡਾ ਅਮੀਰ ਖਾਨ ਹੈ ਜਾਂ ਰੱਖਿਆ ਬੰਧਨ ਵਾਲਾ ਅਕਸ਼ੇ ਕੁਮਾਰ ਹੈ, ਇਸ ਦੇ ਬਾਰੇ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਤੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਲਾਲ ਸਿੰਘ ਚੱਡਾ ਫਿਲਮ ਦੇ ਬਾਰੇ। ਸਭ ਲਾਲ ਸਿੰਘ ਚੱਡਾ ਇੱਕ ਹਾਲੀਵੁੱਡ ਫਿਲਮ ਦਾ ਰੀਮੇਕ ਹੈ, ਜਿਸ ਫਿਲਮ ਨੇ ਹਾਲੀਵੁੱਡ ਦੀ ਉਸ ਲਾਈਫ ਨੂੰ ਇੰਡੀਅਨ ਟੇਸਟ ਦਿੰਦਿਆਂ ਹੋਇਆਂ ਕਿ ਸਾਡਾ ਇੰਡੀਅਨਸ ਦਾ ਇਸ ਦੇਸ਼ ਦੇ ਲੋਕਾਂ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਹੈ, ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਇਸ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਉਤਰਾਅ ਚੜ੍ਹਾਅ ਆਉਂਦੇ ਹੈ, ਇਸ ਦੇਸ਼ ਦੇ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਹਰ ਇੱਕ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਦੇ ਹੈ, ਔਰ ਆਪਣੀ ਜ਼ਿੰਦਗੀ ਵਿੱਚ ਹਰੇਕ ਮੁਸ਼ਕਲ ਨਾਲ ਲੜਨ ਦੇ ਵਿੱਚ ਸਭ ਤੋਂ ਅੱਗੇ ਪੰਜਾਬੀ ਤੇ ਸਰਦਾਰ ਹੈ। ਇਸ ਟੌਪਿਕ ਦੇ ਉੱਪਰ ਇਹ ਫਿਲਮ ਨੇ ਆਪਣਾ ਜਿਹੜਾ ਟੇਸਟ ਹੈ ਉਹ ਬਦਲਿਆ ਹੈ, ਭਾਵੇਂ ਕਿ ਹਾਲੀਵੁੱਡ ਦਾ ਰੀਮੇਕ ਹੈ, ਪਰ ਇਸ ਫਿਲਮ ਨੂੰ ਦੇਖਦਿਆਂ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਹ ਕਿਸੇ ਅੰਗਰੇਜ਼ ਤੇ ਜਾਂ ਕਿਸੇ ਹਾਲੀਵੁੱਡ ਸਿਤਾਰੇ ਤੇ ਜਾਂ ਕਿਸੇ ਇਸ ਦੇਸ਼ ਤੋਂ ਬਾਹਰਲੇ ਕਿਸੇ ਮਨੁੱਖ ਦੇ ਉੱਪਰ ਫਿਲਮ ਬਣਾਈ ਗਈ ਹੈ। ਬਿਲਕੁਲ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਇਸ ਦੇਸ਼ ਦੇ ਵਿੱਚ ਰਹਿ ਕੇ ਕਿਸੇ ਰਾਈਟਰ ਦੇ ਵੱਲੋਂ ਲਿਖਾਰੀ ਦੇ ਵੱਲੋਂ ਫਿਲਮ ਲਿਖੀ ਗਈ ਹੈ ਤੇ ਉਸ ਦੇ ਜੀਵਨ ਦੇ ਉੱਪਰ ਬਣਾਈ ਗਈ ਹੋਵੇਗੀ। ਤੇ ਦੋਸਤੋ ਫਿਲਮ ਬਹੁਤ ਹੀ ਵਧੀਆ ਲੱਗੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਮੈਂ ਆਪਣੀ ਟਿਕਟ ਜਿਹੜੀ ਬੁਕਿੰਗ ਕਰਾਉਣੀ ਸੀ ਉਹ ਨਹੀਂ ਕਰਾਈ, ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤੇ ਮੈਂ ਅੱਜ ਇਕੱਲਾ ਹੀ ਅੱਜ ਸ਼ਾਮ ਨੂੰ ਫਿਲਮ ਦੇਖਣ ਜਾ ਰਿਹਾ ਸੀ, ਪਰ ਨਹੀਂ ਅੱਜ ਸ਼ਾਮ ਨੂੰ ਫਿਲਮ ਦੇਖਣ ਨਹੀਂ ਜਾ ਰਿਹਾ ਕਿਉਂਕਿ ਮੈਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਹੁਣ ਫਿਲਮ ਦੇਖਣ ਨਾਲ ਲੈ ਕੇ ਜਾਵਾਂਗਾ। ਜੇਕਰ ਤੁਸੀਂ ਵੀ ਫਿਲਮ ਦੇਖਣ ਜਾ ਰਹੇ ਹੋ ਤੇ ਇਕੱਲੇ ਬਿਲਕੁਲ ਨਾ ਜਾਓ, ਫਿਲਮ ਬਹੁਤ 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 ਹੀ ਵਧੀਆ ਹੈ। ਜਦੋਂ ਤੁਸੀਂ ਫਿਲਮ ਨੂੰ ਦੇਖੋਗੇ ਤੁਹਾਨੂੰ ਇਦਾਂ ਲੱਗੇਗਾ ਕਿ ਤੁਹਾਡੀ ਆਪਣੀ ਹੀ ਜ਼ਿੰਦਗੀ ਨੂੰ ਇਸ ਫਿਲਮ ਦੇ ਵਿੱਚ ਬਿਨਾਂ ਤੁਹਾਡੇ ਤੋਂ ਸੁਣਿਆ ਹੋਇਆ ਐਕਸਪਲੇਨ ਕਰ ਦਿੱਤਾ ਹੈ ਅਮੀਰ ਖਾਨ ਨੇ। ਤੁਹਾਨੂੰ ਇਦਾਂ ਲੱਗੇਗਾ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ, ਤੁਹਾਡੀ ਜ਼ਿੰਦਗੀ ਵਿੱਚ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਫਿਲਮ ਦੇ ਵਿੱਚ ਜਿਵੇਂ ਚੋਰੀ ਕਰਕੇ ਪਾ ਦਿੱਤੀਆਂ ਗਈਆਂ ਹੋਣੀਆਂ। ਬਹੁਤ ਜ਼ਿਆਦਾ ਵਧੀਆ ਫਿਲਮ ਹੈ, ਤੁਸੀਂ ਇਕੱਲੇ ਨਾ ਜਾਓ, ਆਪਣੇ ਸਾਰੇ ਹੀ ਦੋਸਤਾਂ ਨੂੰ ਨਾਲ ਲੈ ਕੇ ਜਾਓ, ਬਹੁਤ ਹੀ ਵਧੀਆ ਫਿਲਮ ਹੈ। ਅਤੇ ਜਿੱਥੋਂ ਤੱਕ ਅਕਸ਼ੇ ਕੁਮਾਰ ਦੀ ਫਿਲਮ ਰੱਖਿਆ ਬੰਧਨ ਦਾ ਸਵਾਲ ਹੈ, ਟ੍ਰੇਲਰ ਦੇਖ ਕੇ ਲੱਗਦਾ ਹੈ ਕਿ ਉਹ ਵੀ ਫਿਲਮ ਆਪਣੇ ਟੌਪਿਕ ਦੇ ਵਿੱਚ ਬਹੁਤ ਵਧੀਆ ਹੈ। ਆਸ ਕਰਦੇ ਹਾਂ ਉਹ ਵੀ ਫਿਲਮ ਆਪਣੇ ਟੌਪਿਕ ਦੇ ਵਿੱਚ ਖਰੀ ਉਤਰੇਗੀ। ਮੈਂ ਕੱਲ੍ਹ ਨੂੰ ਆਪਣੇ ਦੋਸਤਾਂ ਦੇ ਨਾਲ ਲਾਲ ਸਿੰਘ ਚੱਡਾ ਫਿਲਮ ਦੇਖਣ ਜਾ ਰਹੇ ਹਾਂ, ਅਤੇ ਨਾਲ ਹੀ ਰੱਖਿਆ ਬੰਧਨ ਫਿਲਮ ਦੇਖ ਕੇ ਦੋਨਾਂ ਦੇ ਰਿਵਿਊ ਜਿਹੜੇ ਹੈ ਉਹ ਕੱਲ੍ਹ ਨੂੰ ਮੈਂ ਫਿਰ ਤੁਹਾਡੇ ਨਾਲ ਸਾਂਝੇ ਕਰਾਂਗਾ। ਫਿਲਮ ਦੇ ਵਿੱਚ ਮੈਂ ਕੀ ਦੇਖਿਆ, ਫਿਲਮ ਕਿਸ ਕਹਾਣੀ ਦੇ ਉੱਪਰ ਹੈ, ਕਿਸ ਤਰ੍ਹਾਂ ਦੀ ਮੈਨੂੰ ਲੱਗੀ, ਅਤੇ ਉਸਦਾ ਲੈਂਗੁਏਜ ਉਸਦੀ ਭਾਸ਼ਾ ਸਾਡੇ ਨਾਲ ਕਿੰਨੀ ਕੁ ਮੈਚ ਕਰਦੀ ਹੈ ਸਰਦਾਰਾਂ ਦੇ ਨਾਲ, ਇਸ ਦੇ ਬਾਰੇ ਆਪਾਂ ਕੱਲ੍ਹ ਫਿਰ ਗੱਲ ਕਰਾਂਗੇ। ਤੁਸੀਂ ਬਣੇ ਰਹੋ ਯੂਟਿਊਬ ਚੈਨਲ ਬਾਜ਼ ਟੀਵੀ ਦੇ ਨਾਲ, ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰ ਦਿਓ, ਤਾਂ ਕਿ ਮੇਰਾ ਹੌਸਲਾ ਹਿੰਮਤ ਹੋਰ ਵੀ ਜ਼ਿਆਦਾ ਵਧੇ ਅਤੇ ਮੈਂ ਹੋਰ ਵੀ ਵਧੀਆ ਵਧੀਆ ਟੌਪਿਕ ਦੇ ਉੱਪਰ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਹੈ ਉਹ ਇਸ ਵੀਡੀਓ ਦੇ ਰਾਹੀਂ ਸਾਂਝੇ ਕਰਦਾ ਰਹਾਂ। ਧੰਨਵਾਦ ਜੀ।